ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਵਾਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਚ ਕੋਰੋਨਾ ਵਾਇਰਸ ਦੇ 8 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਅਤੇ ਐਸਐਸਪੀ ਅਲਕਾ ਮੀਨਾ ਨੇ ਆਈਸੋਲੇਸ਼ਨ ਵਾਰਡ ਚੋਂ ਬਾਹਰ ਆਏ ਇਹਨਾਂ ਸਾਰੇ ਵਿਅਕਤੀਆਂ ਨੂੰ ਫੁੱਲ ਪੇਂਟ ਕੀਤੇ। ਇਸ ਮੌਕੇ ਉਹਨਾਂ ਨਾਲ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸੈਣੀ ਨੇ ਵੀ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਚ ਇਲਾਜ ਅਧੀਨ ਸਮੂਹ ਕੋਵਿਡ-19 ਮਰੀਜ਼ਾਂ ਨੂੰ ਆਪਣੇ ਵੱਲੋਂ ਚੰਗੀ ਸਾਂਭ ਸੰਭਾਲ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਜਲਦ ਠੀਕ ਹੋ ਸਕਣ। ਅੱਜ ਅਸੀਂ ਸਿਵਲ ਹਸਪੀਟਲ ਨਵਾਂ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਮਰੀਜ਼ ਜਿਹੜੇ ਇੱਥੇ ਐਡਮਿਟ ਸੀਗੇ ਆਈਸੋਲੇਸ਼ਨ ਸੈਂਟਰ 'ਚ, ਅਤੇ ਉਹਨਾਂ ਦੇ ਟੈਸਟ ਜਿਹੜੇ ਡਬਲ ਆਏ ਨੇ ਔਰ ਉਹਨਾਂ 'ਚ ਉਹਨਾਂ ਦੇ ਟੈਸਟ ਜਿਹੜੇ ਹੁਣ ਨੈਗੇਟਿਵ ਹੋ ਗਏ ਨੇ, ਉਹਨਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਕੱਢ ਕੇ ਕੁਆਰੰਟਾਈਨ ਦੇ ਵਿੱਚ ਉਹਨਾਂ ਨੂੰ ਅਸੀਂ ਮਿਲਣ ਗਏ ਸੀਗੇ। ਔਰ ਬੇਸਿਕਲੀ ਸਾਡਾ ਮਿਲਣ ਦਾ ਪਰਪਸ ਇਹ ਸੀਗਾ ਕਿ ਫੈਮਿਲੀ ਦਾ ਜਿਹੜਾ ਹੈਗਾ ਉਹ ਮੋਰਲ ਬੂਸਟ ਕਰਕੇ ਰੱਖੀਏ, ਗਵਰਨਮੈਂਟ ਦਾ ਉਹਨਾਂ ਪ੍ਰਤੀ ਕਿਸ ਤਰ੍ਹਾਂ ਦੀ ਕੰਟਰੀਬਿਊਸ਼ਨ ਰਹੀ ਔਰ ਕਿਸ ਤਰ੍ਹਾਂ ਉਹ ਅੰਦਰ ਆਪਣੇ ਸਾਰੇ ਮਾਹੌਲ ਦੇ ਵਿੱਚ ਉਹਨਾਂ ਨੇ ਆਪਣੀ ਐਕਟੀਵਿਟੀਜ਼ ਕੀਤੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਔਰ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਾਣਕਾਰੀ ਦਿੱਤੀ ਵੀ ਹੈ। ਸੋ ਇੱਥੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਰਿਵਾਰ ਔਰ ਜਿਹੜੇ ਉਹਨਾਂ ਦੇ ਨਾਲ ਫੈਮਿਲੀ ਮੈਂਬਰਸ ਜਿਹੜੇ ਸਾਰੇ ਦੂਸਰੇ। ਦੱਸ ਦਈਏ ਕਿ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਜ਼ਿਲ੍ਹੇ ਦੇ 18 ਮਰੀਜ਼ਾਂ ਨੂੰ ਆਈਸੋਲੇਸ਼ਨ 'ਚ ਦਾਖਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ 8 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਲੋਕਾਂ 'ਚ ਇਸ ਬਿਮਾਰੀ ਨਾਲ ਲੜਨ ਦੀ ਆਸ ਉਮੀਦਾਂ ਵੀ ਜਾਗ ਗਈਆਂ ਨੇ। ਨਵਾਂ ਸ਼ਹਿਰ ਤੋਂ ਨਰਿੰਦਰ ਰੱਤੂ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।